ਚੈੱਕ ਕਰ ਉਹ ਸਾਡੇ ਵਕਤ ਹੁੰਦੇ ਹਨ ਨਾ ਸੱਚੀ ਇੰਨੇ ਬਸ ਟੀਚਰ ਐਨ ਐਨ ਕਰਕੇ ਟਿਕ ਲਾ ਕੇ ਤੇ ਬਸ ਦੇ ਛੱਡਦੇ ਆ ਔਰ ਹੁਣ ਹੁਣ ਇੰਨੇ ਨਖਰੇ ਨੇ ਕਿ ਇੱਕ ਟੀਚਰ ਵੀ ਐਸ ਇੱਕ ਪੂਰੀ ਲਾਈਨ ਤੋਂ ਵੱਡੇ ਟਿਕ ਨਹੀਂ ਲਾ ਸਕਦਾ ਨਹੀਂ ਕਰ ਚੱਕ ਔਰ ਫਿਰ ਟੀਚਰ ਐਨ ਵੀ ਕਰ ਦਨ ਆਏ ਹਾਏ ਜਿੰਨਾ ਸਲੋ ਚੈਕਿੰਗ ਕੌਣ ਕਰ ਸਕਦਾ افسوس ساڈی 2 ਵਜੇ ਤੇ ਟੀਚਰਸ ਬਿਲਕੁਲ ਵੀ ਨਾ ਆਈ ਸੋਦੇ ਫੜਦੇ ਟਿਕ 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 ਲਾ ਦੇ ਨੇ ਆਣੋਂ ਰੋਸ ਤੋਂ ਬਾਅਦ ਕੰਮ ਖਤਮ ਔਰ ਗਲਤ ਹੋਵੇ ਤਾਂ ਸੰ ਗੁੱਚੜੀ ਤੋਂ ਪੜ ਕੇ ਇਨਨੇ ਜੂਲੇ ਲਵਦੇ ਆਣਾ ਕੋਈ ਹਿਸਾਬ ਨਹੀਂ ਹੈ ਔਰ ਉਣ ਕੀ ਹੈ ਜੀ ਇਹ ਕੀ ਹੈ ਟੀਚਰਸ ਕਮੈਂਟਸ ਟ్రై ਟੂ ਇੰਪਰੂਵ ਫਲਾਉਣਾ ਲੰਮਗਾਣਾ ਔਰ ਪਤਾ ਨਹੀਂ ਕੀ ਪਰ ਕਾਪੀਜ਼ ਉਤੇ ਵੀ ਪੇਸਟਿੰਗ ਪੂਰੀ ਬਕਾਇਦਾ ਇੱਕ ਪੂਰਾ ਪੇਜ ਲੈ ਕੇ ਲਾ ਕੇ ਸਟੈਪਲ ਕਰਨਾ ਔਰ ਫਿਰ ਕਮੈਂਟਸ ਪਾਸ ਕਰ ਸੰਦ ਡਿਜ ਮੂੰ ਨਾਈ ਕਮੈਂਟ ਪਾਸ ਕਰ ਛੱਡ ਦੇ ਹੇ ਖਿਆਲ ਨਾ ਉਤੇ ਉਹ ਤੇ ਇੱਕਦਮ ਮੂੰ ਨਾ ਕਮੈਂਟ ਪਾਸ ਕਰਦੇ ਹਾਂ ਦੂਜਾ ਹੱਥ ਤੇ ਚਪੇ ਨਾ ਬਸ ਦੂਜਾ ਤਰੀਕਾ ਕਮੈਂਟ ਹੀ ਕੋਈ ਨਹੀਂ ਸਹੀ ਲਿਖਿਆ ਗਲਤ ਲਿਖਿਆ ਇੱਕ ਇੱਕ ਕਮੈਂਟ ਹੈਂ ਗਿਆ ਆਓ ਸਾਡੇ ਤੋਂ ਕੋਈ ਨਾ ਟੀਚਰਾਂ ਦਾ ਵੇਖਦੇ ਬਸ ਇਹ ਇੰਨੀ ਛੋਟੀ ਟਿਕ ਵਾਓ ਸੋ ਨਾਈਸ ਟਿਕ ਵਾ ਆਹ ਹਾ ਕੁਝ ਬੱਝ ਲਾਈ ਕੀ ਹੈ ਹੈ ਨਾ ਰੋਂਗ ਰੋਂਗ ਇਨ ਰੋਂਗ ਇਹ ਬਿਚਾਰੇ ਦਿਨ ਨਹੀਂ ਨਾ ਟਿਕਾ ਨਾ ਇਹਨਾਂ ਛੋਟੀਆਂ ਛੋਟੀਆਂ ਰੋਂਗ ਮੈਂ ਤਾਂ ਇਹ ਕਦ ਦਸਹੀ ਨਾ ਕੋਣ ਹੈ ਕੋਣ ਹੈ

ਆਹ ਇੱਕ ਮਿੰਟ ਵੀ ਵੀ ਮੈਂ ਮੈਮ ਯਾਦ ਹੋ ਗਿਆ ਯੈਸ ਮੈਮ ਮਤਲਬ ਇਹ ਵੇਖੋ ਪਹਿਲੇ ਜ਼ਮਾਨੇ ਵਿੱਚ ਸਾਡੀ ਕਾਪੀ ਹੁੰਦੀ ਆਈ ਬਸ ਨਾ ਛਾ ਹੋ ਗਿਆ ਤੇ ਬਸ ਗੱਲ ਖਤਮ ਹੋਣ ਕੀ ਹੋਏ ਇੱਕ ਮਿੰਟ ਨਾ ਚੈੱਕ ਕਰਨ ਦੇ ਹੁਣ ਕੀ ਇਹ ਪਹਿਲੋ ਇੱਕ ਹੈ ਇੰਡੈਕਸ ਇੰਡੈਕਸ ਪਤਨ ਕੀ ਹੁੰਦਾ ਮੰਨ ਕੀਏ ਨੈਨਸ ਸਕ੍ਰਿਪਟ ਕੀਏ ਔਰ ਆ ਵੀ ਛੋਟੀ ਵੱਡੀ এবੀਸੀ ਸੰਤੇ ਅਧੜਾਪੇ ਪੇਜ ਤੇ ਲੇਖ ਲੋ ਯੂਨਿਟ ਫਿਰ ਯੂਨਿਟ ਲਾਂਚ ਪਤਨ ਕੀ ਹੁੰਦਾ ਹੈ ਅਗਰ ਚਲੋ ਓਏ 1 ਮਿੰਟ 1 ਮਿੰਟ 1 ਮਿੰਟ ਓਹ ਹੋ 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 ਟੀਚਰ ਤੇ ਇੰਨੇ ਵੱਡੇ ਹੁੰਨੇ ਨਾ ਤਖਵਾ ਟੀਚਰ ਕਦੀ ਵਰਕਸ਼ੀਟ ਓਹ ਇਹ ਵਰਕਸ਼ੀਟ ਤੋ ਬਾਏ ਅਲਾ ਆ ਗਏਗਾ ਅੱਛਾ ਇਹ ਹੁੰਦਾ ਟੈਸਟ ਫੋਰਸ ਮੈਂ ਹਾਂ ਰੀਇਨਫੋਰਸਮੈਂਟ ਠੀਕ ਹੈ ਤੇ ਸਾਡੇ ਯੂਨਿਟ ਲਾਂਚ ਮੈਂ ਇੱਕ ਇਹ ਹਾਂ ਮੈਗਨੈਟ ਮੈਗਨਸ ਰਹਿ ਹੁਣ ਕੀ ਹੈ ਨਾਈਫ ਤੇ ਨੇਲ ਰਹਿ ਇਹ ਇਹ ਕੀ ਸਪੂਨ ਚਮਚ ਲੈ ਤੇ ਤੂੰ ਘਾਰੀ ਨਾ ਰਾਜ ਜਾਂਦੀ ਆ ਆ ਆਹ ਵਰਕਸ਼ੀਟ ਅਸਤਗਫਰ ਤੋਬਾ ਫਜ਼ੂਲ ਕਾਪੀ ਯਾਰ ਕੋਈ ਇਸ ਕਾਪੀ ਦੇ ਸੈਂਸ ਬੰਦੀ ਐਸਾ ਹੀ ਇਹਨਾਂ ਬੱਚਿਆਂ ਪੜਨਾਗੇ ਨਾ ਇਹ ਫਿਊਚਰ ਬਣਾਉਣਗੇ